ਵੇਖੋ ਜੀ, ਅੱਜ ਜਿਹੜਾ ਸੀਗਾ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਜਥੇਬੰਦੀਆਂ ਵੱਲੋਂ 400 ਜਥੇਬੰਦੀਆਂ ਵੱਲੋਂ ਜਿਹੜਾ ਵਾ ਅੱਜ ਅਸੀਂ ਪ੍ਰੋਗਰਾਮ ਲਿਖਿਆ ਸੀਗਾ ਵੀ ਟਰੈਕਟਰ ਜਿਹੜੇ ਆ ਲੱਖਾਂ ਟਰੈਕਟਰ ਜਿਹੜੇ ਆ ਉਹ ਸੜਕਾਂ ਦੇ ਉੱਤੇ ਅੱਜ ਆਉਣਗੇ ਅਤੇ ਮੋਦੀ ਸਰਕਾਰ ਨੂੰ ਦੱਸਣਗੇ ਵੀ ਜਿਹੜੇ ਸਾਡੇ ਨਾਲ ਕੀਤੇ ਹੋਏ ਵਾਅਦੇ ਸੀਗੇ ਉਹਨਾਂ ਤੋਂ ਸਰਕਾਰ ਜਿਹੜੀ ਭੱਜੀ ਹੋਈ ਆ ਉਹ ਅਸੀਂ ਮਨਵਾ ਕੇ ਰਵਾਂਗੇ, ਕਿਉਂਕਿ MSP ਗਰੰਟੀ ਕਾਨੂੰਨ ਸੀਗਾ ਸਾਡਾ ਅਤੇ ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਸਰਕਾਰ ਨੇ। ਫਿਰ ਸਾਡਾ ਪ੍ਰਦੂਸ਼ਣ ਦਾ ਐਕਟ ਸੀਗਾ ਉਹਨੂੰ ਵਾਪਸ ਨਹੀਂ ਲਿਆ ਗਿਆ, ਬਿਜਲੀ ਬੋਰਡ ਦਾ 2020 ਐਕਟ ਸੀਗਾ ਉਹਨੂੰ ਵਾਪਸ ਨਹੀਂ ਕੀਤਾ ਗਿਆ, ਅਤੇ ਇਹ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੀਆਂ ਕੁਛ ਜਿਹੜੀਆਂ ਜਾ ਰਹੀਆਂ ਸੀ ਦਿੱਲੀ ਨੂੰ ਸ਼ਾਂਤਮਈ ਤਰੀਕੇ ਦੇ ਨਾਲ, ਉਹਨਾਂ ਦੇ ਉੱਤੇ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਕਿਉਂਕਿ ਸ਼ੁਭਦੀਪ ਸਿੰਘ ਉੱਥੇ ਮਾਰਿਆ ਗਿਆ, ਹੋਰ ਕਿਸਾਨ ਮਾਰੇ ਗਏ ਨੇ, ਹੋਰ ਨੌਜਵਾਨ ਮਾਰੇ ਗਏ ਨੇ, ਉਹਨਾਂ ਨੂੰ ਕੁੱਟਿਆ ਜਾ ਰਿਹਾ। ਬਾਰਡਰ ਉੱਥੇ ਜਿਹੜਾ ਚੀਨ ਵਾਲਾ ਬਣਾ ਦਿੱਤਾ ਗਿਆ ਜਿੱਥੇ ਚੰਬੂ ਬਾਰਡਰ ਸੀਗਾ, ਕਿਉਂਕਿ ਅਸੀਂ ਇੱਕ ਭਾਰਤ ਦਾ ਹਿੱਸਾ ਵਾਂ ਅਤੇ ਸਾਨੂੰ ਉੱਥੇ ਕੋਈ ਰਾਈਟ ਹੀ ਨਹੀਂ ਦਿੱਤਾ ਜਾ ਰਿਹਾ ਵੀ ਅਸੀਂ ਚੰਡੀਗੜ੍ਹ 'ਚ ਰੈਲੀ ਕਰ ਲਈਏ ਜਾਂ ਅਸੀਂ ਆਪਣਾ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਲਈਏ ਕੋਈ, ਅਤੇ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸੀ ਕਿਸਾਨ, ਉਹਨਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ। ਇਸ ਕਰਕੇ ਜਿਹੜਾ ਵਾ ਅਸੀਂ ਉਹਨਾਂ ਕਿਸਾਨਾਂ ਦੀ ਪਿੱਠ 'ਤੇ ਖੜ੍ਹੇ ਹਾਂ ਅਤੇ ਖੱਟੜ ਸਰਕਾਰ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਅਤੇ ਨਾਲ ਹੀ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਅੱਜ ਜਿਹੜੇ ਆ ਲੱਖਾਂ ਜਿਹੜੇ ਟਰੈਕਟਰ ਆ ਕਿਸਾਨਾਂ ਦੇ ਆਪੋ ਆਪਣੇ ਘਰਾਂ ਤੋਂ ਲੈ ਕੇ ਰੋਡਾਂ ਦੇ ਉੱਤੇ ਆਪੋ ਆਪਣੇ ਕਸਬਿਆਂ ਦੇ ਵਿੱਚ ਖੜ੍ਹੇ ਨੇ। ਅੱਜ ਅਸੀਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿੱਚ ਜਿਹੜਾ ਵਾ ਉੱਥੇ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਇੱਥੇ ਖੜ੍ਹੇ ਹੋਏ ਹਾਂ ਅਤੇ ਹਜ਼ਾਰਾਂ ਟਰੈਕਟਰ ਜਿਹੜੇ ਆ ਅਸੀਂ ਇੱਥੇ ਰੋਡ ਦੇ ਲਾ ਦਿੱਤੇ ਆ ਦਿੱਲੀ ਵੱਲ ਨੂੰ ਮੂੰਹ ਕਰਕੇ, ਕਿਉਂਕਿ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜੇ ਸਾਨੂੰ ਲੋੜ ਪਈ ਦਿੱਲੀ ਆਉਣ ਦੀ ਤਾਂ ਫਿਰ ਦਿੱਲੀ ਅਸੀਂ ਜ਼ਰੂਰ ਆਵਾਂਗੇ, ਜੋ ਮਰਜ਼ੀ ਹੱਥ ਕੰਡੇ ਵਰਤ ਲੈਣ ਉਹ ਅਸੀਂ ਉੱਥੇ ਜਾ ਕੇ ਆਪਣੀਆਂ ਹੱਕੀ ਮੰਗਾਂ ਜਿਹੜੀਆਂ ਉਹਨਾਂ ਨੂੰ ਮਨਵਾਵਾਂਗੇ। ਇੱਕ ਸਾਡਾ ਐਲਾਨ ਆ ਵੀ ਜਿਹੜਾ ਅਸੀਂ 14 ਮਾਰਚ ਨੂੰ ਆ ਮਹਾਂ ਪੰਚਾਇਤ ਦਿੱਲੀ ਦੇ ਵਿੱਚ ਕਰਨ ਜਾ ਰਹੇ ਹਾਂ ਅਤੇ ਉਹ ਅਸੀਂ ਜ਼ਰੂਰ ਕਰਨ ਜਾਵਾਂਗੇ। ਲੱਗਦਾ ਕਿ ਕਿਸਾਨਾਂ ਦੇ ਪ੍ਰਤੀ ਕੇਂਦਰ ਸਰਕਾਰ ਦੀ ਮਨਸ਼ਾ ਕੀ ਹੈਗੀ ਹੈ? ਵੇਖੋ ਜੀ, ਕੇਂਦਰ ਸਰਕਾਰ ਦੀ ਜਿਹੜੀ ਮਨਸ਼ਾ ਵਾ ਉਹ ਬਿਲਕੁਲ ਸਾਫ਼ ਹੈ ਵੀ ਕਿਸਾਨਾਂ ਦੇ ਮਜ਼ਦੂਰਾਂ ਦੇ ਖਿਲਾਫ਼ ਆ ਉਹ ਬਿਲਕੁਲ। ਸਾਨੂੰ ਜੋ ਵੀ ਪਹਿਲਾਂ ਉਹਨਾਂ 2020 ਦੇ ਵਿੱਚ ਵੀ ਉੱਥੇ ਬੈਠੇ ਰਹੇ 13 ਮਹੀਨੇ ਕਾਲੇ ਕਾਨੂੰਨ ਸਾਡੇ ਰੱਦ ਕਰ ਦਿੱਤੇ ਗਏ ਆ, ਪਰ ਜਿਹੜਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਕਮੇਟੀ ਬਣਾਉਣੀ ਸੀ ਉਹ ਤੋਂ ਵੀ ਮੁੱਕਰ ਗਈ ਉਹ, ਕਰਜ਼ੇ ਤੋਂ ਵੀ ਭੱਜ ਗਈ ਉਹ, ਮਨਰੇਗਾ ਤੋਂ ਵੀ ਭੱਜ ਗਏ ਉਹ। ਇਸ ਕਰਕੇ ਅਸੀਂ ਉਹਨਾਂ ਦੇ ਜਿਹੜੇ ਨੀਟ ਦੇ ਵਿੱਚ ਆ ਸਾਨੂੰ ਖੋਟ ਲੱਗਦੀ ਆ, ਕਿਉਂਕਿ ਇੱਕ ਬੰਨੇ ਉਹ ਮੀਟਿੰਗਾਂ 'ਤੇ ਮੀਟਿੰਗਾਂ ਦੇਈ ਜਾ ਰਹੇ ਆ, ਦੂਸਰੇ ਬੰਨੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵੀ ਵਿੱਚ ਵਿਚੋਲਗਰੀ ਕਰ ਰਹੀ ਆ, ਪਰ ਕਿਸਾਨਾਂ ਮਜ਼ਦੂਰਾਂ ਨੂੰ ਕੁਛ ਦਿੱਤਾ ਨਹੀਂ ਜਾ ਰਿਹਾ। ਇਸ ਕਰਕੇ ਸਾਨੂੰ ਜਿਹੜੇ ਆ ਨਵੇਂ ਸੰਦੇ ਕੋਈ ਨਾ ਕੋਈ ਜਿਹੜੇ ਪ੍ਰੋਗਰਾਮ ਆ ਉਹ ਦੇਣੇ ਪੈ ਰਹੇ ਆ। ਬਿਲਕੁਲ ਜੀ ਬਿਲਕੁਲ, ਸੰਘਰਸ਼ ਨੂੰ ਅਸੀਂ ਤਿੱਖਾ ਕਰਾਂਗੇ ਚਾਹੇ ਉਹ ਚੋਣ ਜਾਬਤਾ ਲੱਗ ਜਾਵੇ, ਇਹ ਸਰਕਾਰਾਂ ਦੇ ਹੱਥ ਦੇ ਵਿੱਚ ਆ ਵੀ ਸਾਨੂੰ ਪਹਿਲਾਂ ਕੁਛ ਦਿੰਦੀਆਂ ਕਿ ਜਾਂ ਸਾਨੂੰ ਚੋਣ ਜਾਬਤੇ 'ਚ ਦਿੰਦੀਆਂ ਕਦੋਂ ਦਿੰਦੀਆਂ, ਪਰ ਸਾਨੂੰ ਇਹਨਾਂ ਹੁਣ ਇਹਨਾਂ ਦੀਆਂ ਚੋਣਾਂ ਆਉਣ ਵਾਲੀਆਂ ਇਹਨਾਂ ਦੇ ਵਿੱਚ ਇੱਕ ਤਰ੍ਹਾਂ ਦੱਸ ਦਿਆਂਗੇ ਇਹਨਾਂ ਨੂੰ ਸਰਕਾਰਾਂ ਨੂੰ ਵੀ ਪਿੰਡਾਂ ਦੇ ਵਿੱਚ ਕਿੱਦਾਂ ਵੜੀਦਾ, ਕਸਬਿਆਂ ਦੇ ਵਿੱਚ ਕਿੱਦਾਂ ਵੜੀਦਾ, ਕਿਉਂਕਿ ਜੇ ਸਾਡੀਆਂ ਵੋਟਾਂ ਲੈ ਕੇ ਸਾਨੂੰ ਖੱਜਲ ਕਰ ਰਹੇ ਨੇ ਤਾਂ ਅਸੀਂ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਜ਼ਰੂਰ ਦੇਵਾਂਗੇ। ਇਹ ਅੱਜ ਟਰੈਕਟਰ ਮਾਰਚ ਸੰਯੁਕਤ ਕਿਸਾਨ ਮੋਰਚੇ ਦੀ ਕੌਲ ਸੀ, ਉਹਦੇ ਸੰਬੰਧ ਵਿੱਚ ਟਰੈਕਟਰ ਮਾਰਚ ਆ, ਅੱਗੇ ਅੱਗੇ ਜਿਵੇਂ ਸਾਡੇ ਲੀਡਰ ਸਾਹਿਬਾਨ ਦੀ ਕੌਲ ਆਉਂਦੀ ਜਾਵੇਗੀ ਉਹਨੂੰ ਅਸੀਂ ਫੋਲੋ ਕਰਦੇ ਰਹਾਂਗੇ। ਅਸੀਂ ਜਿਹੜੀਆਂ ਸੈਂਟਰ ਗੌਰਮੈਂਟ ਦੀਆਂ ਨੀਤੀਆਂ, ਜਿਹੜੀਆਂ ਖੱਟੜ ਸਰਕਾਰ ਦੀਆਂ ਨੀਤੀਆਂ, ਉਹਦਾ ਬਿਲਕੁਲ ਵਿਰੋਧ ਕਰਦੇ ਹਾਂ। ਉਹਦੇ ਵਿਰੋਧ ਦੇ ਵਿੱਚ ਅਸੀਂ ਸਿਰਫ ਆਪਣੇ ਲੀਡਰਾਂ ਦੀ ਕੌਲ ਦਾ ਇੰਤਜ਼ਾਰ ਕਰ ਰਹੇ ਹਾਂ। ਅੱਜ ਸਾਨੂੰ ਲੀਡਰਾਂ ਦੀ ਕੌਲ ਸੀ ਕਿ ਦਿੱਲੀ ਤੱਕ ਟਰੈਕਟਰ ਜਿਹੜੇ ਆ ਸਰਕਾਰ ਨੂੰ ਵਿਖਾਓ, ਜਿਵੇਂ ਖੱਟੜ ਸਰਕਾਰ ਨੇ ਕਿਹਾ ਸੀ ਕਿ ਕਿਸਾਨ ਟਰੈਕਟਰਾਂ ਉੱਪਰ ਆ ਰਿਹਾ ਸੀ, ਇਸ ਲਈ ਅਸੀਂ ਇਹਨਾਂ ਨੂੰ ਰੋਕਿਆ, ਪਰ ਅਸੀਂ ਸੈਂਟਰ ਗੌਰਮੈਂਟ ਨੂੰ ਖੱਟੜ ਸਰਕਾਰ ਨੂੰ ਅੱਜ ਅਸੀਂ ਇਹ ਵਿਖਾਉਣ ਜਾ ਰਹੇ ਹਾਂ ਸੰਯੁਕਤ ਕਿਸਾਨ ਮੋਰਚਾ ਕਿ ਜਿਹੜਾ ਟਰੈਕਟਰ ਆ ਉਹ ਸਾਡਾ ਕਨਵਿੰਸ ਆ, ਇਹਦੇ ਉੱਪਰ ਅਸੀਂ ਜਿੱਥੇ ਮਰਜ਼ੀ ਆ ਜਾ ਸਕਦੇ ਹਾਂ, ਇਹ ਸਾਡਾ ਘਰ ਆ, ਇਹ ਸਾਡੀ ਰੋਜ਼ੀ ਰੋਟੀ ਆ। ਅੱਜ ਅਸੀਂ ਸਾਰਿਆਂ ਸੜਕਾਂ ਦੇ ਉੱਪਰ ਟਰੈਕਟਰ ਮਾਰਚ ਕਰ ਰਹੇ ਹਾਂ। ਉਸ ਤੋਂ ਬਾਅਦ ਜਿਵੇਂ ਸਾਡੇ ਲੀਡਰ ਸਾਹਿਬਾਨ ਦੀ ਕੌਲ ਆਊਗੀ ਅਸੀਂ ਦਿੱਲੀ ਨੂੰ ਕੂਚ ਕਰਾਂਗੇ, ਅਸੀਂ ਤਿਆਰ ਬਾਰ ਤਿਆਰ ਬੈਠੇ ਹਾਂ। ਬਿਲਕੁਲ ਅਸਰ ਹੋਵੇਗਾ, ਅਸਰ ਹੋ ਵੀ ਰਿਹਾ, ਸਰਕਾਰ ਅੱਗੇ ਨਾਲੋਂ ਡਰੀ ਹੋਈ ਆ, ਤਾਨਾਸ਼ਾਹੀ ਰਵੱਈਆ ਸਰਕਾਰ ਦਾ ਥੋੜ੍ਹੀ ਨਰਮ ਪਈ ਆ,
ਉੱਥੋਂ ਬੈਰੀਕੇਡ ਸਰਕਾਰ ਨੇ ਅੱਗੇ ਨਾਲੋਂ ਘਟਾ ਦਿੱਤੇ ਆ। ਅਸਰ ਜ਼ਰੂਰ ਪਏਗਾ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਪੰਜਾਬ ਆ, ਪੰਜਾਬ ਕਦੀ ਝੁਕਣ ਵਾਲਾ ਨਹੀਂ ਆ। ਸਾਨੂੰ ਲਾਰੇ ਲਾ ਕੇ ਤੁਸੀਂ ਰੋਕ ਲਓਗੇ, ਸਾਨੂੰ ਦਬਾ ਕੇ ਨਹੀਂ ਤੁਸੀਂ ਰੋਕ ਸਕਦੇ। ਜਿਹੜਾ ਪੰਜਾਬ ਆ, ਇਹਨੇ ਪਹਿਲਾਂ ਵੀ ਆਜ਼ਾਦੀਆਂ ਲਈਆਂ ਨੇ, ਬਹੁਤੀਆਂ ਜੰਗਾਂ ਲੜੀਆਂ ਨੇ। ਇਹ ਜੰਗ ਤਾਂ ਸਾਡੇ ਲਈ ਕੁਛ ਵੀ ਨਹੀਂ ਆ, ਅਸੀਂ ਤਾਂ ਇਹਨਾਂ ਨੂੰ ਇੱਕ ਮਿੰਟ ਦੇ ਵਿੱਚ ਹੀ ਖਤਮ ਕਰ ਦਿਆਂਗੇ। ਪੰਜਾਬ ਦੇ ਲੋਕ ਕਈ ਸੋਚਦੇ ਨੇ ਕਿਸਾਨਾਂ ਦੀ ਲੜਾਈ ਹੈਗੀ ਹੈ। ਇਹ ਕਿਸਾਨਾਂ ਦੀ ਲੜਾਈ ਨਹੀਂ ਆ, ਇਹ ਸਾਰੇ ਸਮਾਜ ਦੀ ਲੜਾਈ ਆ। ਅੱਜ ਜੇ MSP ਦੀ ਅਸੀਂ ਮੰਗ ਕਰ ਰਹੇ ਹਾਂ, ਉਹ ਸਮਾਜ ਕਰਕੇ ਮੰਗ ਕਰ ਰਹੇ ਹਾਂ। ਜਿਵੇਂ ਆਲੂ ਜਿਹਦੀ MSP ਸਾਨੂੰ ਨਹੀਂ ਮਿਲਦੀ, 2-3 ਰੁਪਏ ਕਿਲੋ ਸਾਡੇ ਕੋਲੋਂ ਸਰਕਾਰ ਖਰੀਦਦੀ, ਸਰਕਾਰ ਨਹੀਂ ਵਪਾਰੀ ਖਰੀਦਦਾ ਹੈ, ਔਰ ਉਹ ਵਪਾਰੀ ਆਲੂ ਨੂੰ 25-30 ਰੁਪਏ, 50 ਰੁਪਏ, 100 ਰੁਪਏ, 150 ਰੁਪਏ ਕਿਲੋ ਵੀ ਵੇਚਦਾ। ਉਹ ਜਿਹੜਾ ਮਾਰਜਨ ਆ ਕਾਰਪੋਰੇਟ ਘਰਾਣੇ ਕੋਲ ਜਾ ਰਿਹਾ ਹੈ। ਅਸੀਂ ਆਪਣੀ MSP ਨਾਲ ਲੈਣ ਦੇ ਨਾਲ ਨਾਲ ਅਸੀਂ ਜਿਹੜਾ ਆਮ ਵਰਗ ਆ ਉਹਦੀ ਵੀ ਡਿਮਾਂਡ ਕਰ ਰਹੇ ਹਾਂ। ਆਮ ਵਰਗ ਨੂੰ ਸਾਡੇ ਨਾਲੋਂ ਜ਼ਿਆਦਾ ਫਾਇਦਾ ਹੋਏਗਾ। ਆਮ ਵਰਗ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਵੀ ਕਰਦੇ ਹਾਂ ਕਿ ਸਾਡਾ ਸਾਥ ਦਿਓ, ਔਰ ਸਾਥ ਦੇ ਵੀ ਰਹੇ ਨੇ, ਅਤੇ ਅਸੀਂ ਆਮ ਵਰਗ ਨੂੰ ਵੀ ਇਹਨਾਂ ਲਟੇਰਿਆਂ ਕੋਲੋਂ ਆਜ਼ਾਦ ਕਰਾ ਕੇ ਹੀ ਦਮ ਲਵਾਂਗੇ।